ਅਸਲਾਮੁ ਅਲੈਕੁਮ। ਅੱਜ ਅਸੀਂ ਚੱਕ ਨੰਬਰ 45 ਨਾਲ ਜਾ ਰਹੇ ਹਾਂ ਅਤੇ ਤੁਹਾਨੂੰ ਵੀ ਇਨਸ਼ਾਅੱਲਾ 45 ਲੈ ਕੇ ਚੱਲਦੇ ਹਾਂ। ਇਸ ਟਾਈਮ ਅਸੀਂ ਅਲਾਈਬਖ ਚੌਕ ਦੇ ਵਿੱਚ ਖੜ੍ਹੇ ਹਾਂ। ਇਹ ਸੜਕ ਜਿਹੜੀ ਹੈ 31 ਨਾਲ ਤੋਂ ਆ ਰਹੀ ਆ, ਇਹ ਜਿਹੜੀ ਸੜਕ ਆ ਇਹ ਜਾ ਰਹੀ ਆ ਜੀ ਆਪਣਾ ਪੰਜਾਬ ਪੁਲ ਨੂੰ, ਅਤੇ ਇੱਧਰ ਸਾਈਡ 'ਤੇ ਜਿਹੜਾ ਇਹ 45 ਨਾਲ ਜੀ, ਅਤੇ ਆਓ ਚੱਲੀਏ 45 ਨਾਲ ਅਤੇ ਤੁਹਾਨੂੰ ਦਿਖਾਈਏ ਚੱਕ ਨੰਬਰ 45 ਨਾਲ ਕਿੱਦਾਂ ਦਾ ਪਿੰਡ ਹੈ। ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਨਾ ਅਤੇ ਲਾਈਕ ਵੀ ਕਰਨਾ ਅਤੇ ਸ਼ੇਅਰ ਵੀ ਕਰਨਾ। ਬਹੁਤ ਬਹੁਤ ਸ਼ੁਕਰੀਆ। ਅੱਲਾ ਹਾਫਿਜ਼। ਅਸਲਾਮੁ ਅਲੈਕੁਮ ਜੀ। ਇਹ ਜੀ ਭਾਈ ਮੁਹੰਮਦ ਯੂਸਫ ਸਾਹਿਬ ਨੇ, ਮੇਰੇ ਕਲਾਸ ਫੈਲੋ ਵੀ ਨੇ। ਯੂਸਫ ਆ ਰਿਹਾ ਇਹਦੇ ਨਾਂ ਤੋਂ ਬੜੇ ਮਸ਼ਹੂਰ ਹੋਏ ਮਾਸ਼ਾਅੱਲਾ, ਫਰਨੀਚਰ ਬਣਾਉਂਦੇ ਆ। ਇਸ ਤੋਂ ਇਲਾਵਾ ਇੱਧਰਲੀ ਸਾਈਡ 'ਤੇ ਦਿਖਾਓ ਜੀ, ਉਹਨਾਂ ਦਾ ਲੱਕੜੀ ਦੀ ਕਟਾਈ ਹੋ ਰਹੀ ਹੈ, ਸਫਾਈ ਹੋ ਰਹੀ ਹੈ। ਇਸ ਤੋਂ ਇਲਾਵਾ ਵੀ ਹੈ ਦੇਖੋ ਜੀ, ਅਦਾਰੀ ਬਹੁਤ ਪੁਰਾਣੀ ਅਤੇ ਤਲੀਮ ਦਿੱਤਾ ਵਾ, ਬਹੁਤ ਹੀ ਅੱਛੀ ਹੈ। ਕਾਫੀ ਇਲਾਕੇ ਦੇ ਵਿੱਚ ਜਿਹੜਾ ਨਾ ਕਾਫੀ ਮਸ਼ਹੂਰ ਹੈ। ਤਸਵੀਰ ਮੈਂ ਵੀ ਕਿਸੇ ਦੌਰ 'ਚ ਪੜ੍ਹਦਾ ਰਿਹਾ, ਮੈਟ੍ਰਿਕ ਤੋਂ ਮੈਟ੍ਰਿਕ ਤੱਕ ਹੀ ਸੀਗਾ, ਮੈਟ੍ਰਿਕ ਮੈਂ ਇਸੇ ਸਕੂਲ ਤੋਂ ਕੀਤਾ। ਇਸ ਤੋਂ ਇਲਾਵਾ ਸਾਡੇ ਬਜ਼ੁਰਗ ਜਿਹੜੇ ਆ ਵੱਡੇ ਬਾਪ ਦਾਦਾ, ਉਹ ਵੀ ਇਸੇ ਸਕੂਲ ਤੋਂ ਪੜ੍ਹ ਕੇ ਗਏ। ਠੀਕ ਹੈ ਜੀ। ਨਿਜ਼ਾਮੀ ਪਿੰਡਾਂ ਦੇ ਬਹੁਤ ਬੜੇ ਡੀਲਰ ਬਣ ਚੁੱਕੇ ਆ ਮਾਸ਼ਾਅੱਲਾ। ਅੱਲਾਹ ਪਾਕ ਇਹਨਾਂ ਨੂੰ ਮਜ਼ੀਦ ਕਾਮਯਾਬ ਕਰੇ। ਇੱਧਰ ਅਫਜ਼ਾਲ ਧਾਵਲਾ ਸਾਹਿਬ ਬੈਠੇ ਨੇ, ਇਹ ਵੀ ਨਿਜ਼ਾਮੀ ਪਿੰਡਾਂ ਦੇ ਡੀਲਰ। 45
ਕੋਟਾ ਗਰਲਸ ਹਾਇਰ ਸੈਕੰਡਰੀ ਸਕੂਲ ਕਾਲੀ ਦਾ ਰਹਿ। ਇਸ ਟਾਈਮ ਅਸੀਂ ਚੱਕ ਨੰਬਰ 45-12 ਦੇ ਵਿੱਚ ਬੈਠੇ ਹਾਂ ਅਤੇ ਸਾਡੇ ਭਾਈ ਬੈਠੇ ਨੇ, ਭਾਈ ਮੁਹੰਮਦ ਸ਼ਫੀਕ ਸਾਹਿਬ, ਭਾਈ ਮੁਹੰਮਦ ਅਫਜ਼ਲ ਸਾਹਿਬ, ਭਾਈ ਮੁਹੰਮਦ ਸ਼ਾਹ ਸਾਹਿਬ। ਇਹ ਆਪਣੇ ਚੱਕ ਦੇ ਬਾਰੇ ਸਾਨੂੰ ਦੱਸਣਗੇ ਵੀ ਇੱਥੋਂ ਦਾ ਕਦੋਂ ਕਦਾ ਚੱਕ ਬਣਿਆ ਅਤੇ ਕੀ ਇਸ ਚੱਕ ਦੇ ਵਿੱਚ ਬਰਾਦਰੀਆਂ ਰਹਿੰਦੀਆਂ ਨੇ ਅਤੇ ਬਾਕੀ ਇਹਦੇ ਆਬਾਦੀ ਕਿੰਨੀ ਗਾ, ਉਹ ਸਾਰੀਆਂ ਚੀਜ਼ਾਂ ਭਾਈ ਦੱਸਣਗੇ। ਸਾਡਾ ਚੱਕ ਜੀ 1913 'ਚ ਲਾਟ ਮਿੰਟਾਂ ਹੋਈਆਂ ਜ਼ਮੀਨਾਂ ਦੀਆਂ ਅਤੇ 1914 'ਚ ਆਬਾਦੀ ਹੋ ਗਈ ਸੀਗੀ, ਘਰ ਮਤਲਬ ਹੱਥੇ ਵਗੈਰਾ ਮਿਲ ਗਿਆ ਲੋਕਾਂ ਨੂੰ ਅਤੇ ਉਦੋਂ ਦਾ ਹੀ ਆਬਾਦ ਆ ਹੈ। ਤਕਰੀਬਨ 1926 'ਚ ਮਿਊਂਸੀਪਲ ਡਿਸਪੈਂਸਰੀ ਅਤੇ ਪ੍ਰਾਇਮਰੀ ਸਕੂਲ ਵਗੈਰਾ ਬਣ ਗਏ ਸੀ ਇੱਥੇ ਅਤੇ ਆਬਾਦੀ ਤਕਰੀਬਨ ਹੈਗੀ ਆ 12-13 ਹਜ਼ਾਰ। ਇੱਥੇ ਜ਼ਿਆਦਾ ਜੱਟ ਬਰਾਦਰੀ ਆ, ਗੈਰ ਕਾਸ਼ਤਕਾਰ ਵੀ ਬੈਠੇ ਆ। ਹਾਂਜੀ, ਅਤੇ ਸਹੂਲਤਾਂ ਇੱਥੇ ਸਭ ਤੋਂ ਪਹਿਲੇ ਸਾਨੂੰ ਬਿਜਲੀ ਸਹੂਲਤ 1959 ਦੀ ਹੈਗੀ ਆ, ਬਾਕੀ ਹਾਇਰ ਸੈਕੰਡਰੀ ਸਕੂਲ ਗਰਲਸ ਬੋਆਏ ਦੋਨੇ ਹੈਗੇ ਆ ਅਤੇ ਹਸਪਤਾਲ ਦੇਹੀ ਮਰਕ ਅਤੇ ਸਿਹਤ ਹੈਗਾ ਇੱਥੇ, ਬਾਕੀ ਸ਼ਫਾਖਾਨਾ ਹਵਨਾਤ ਵੀ ਹੈਗਾ ਸਾਡੇ ਇੱਥੇ। ਸਲੀਮ ਕਰਿਆਨਾ ਸਟੋਰ 45-12।
ਬੁੱਕ ਸੈਂਟਰ 45 12। ਗਿਆ ਇੱਥੇ ਜੀ ਐਚ ਬੀ ਐਲ ਬੈਂਕ ਵੀ ਮਿਲੇ ਸਰ।